ਬਈ ਇੱਕ ਪਾਸੇ ਤੇ ਟਰੱਕ ਪਲਟਿਆ, ਜੀ ਜਿਹੜਾ ਡਰਾਈਵਰ ਹੈ ਉਹਦਾ ਕਿਸੇ ਨੇ ਹਾਲ ਨਾ ਪੁੱਛਿਆ ਵੀ ਮਰਿਆ ਕਿ ਬਚਿਆ, ਸੇਬਾਂ ਨੂੰ ਪੈ ਗਏ, ਲੋਕਾਂ ਨੇ ਸੇਬ ਲੁੱਟੇ, ਹੈਨਾ। ਉਸ ਤੋਂ ਬਾਅਦ ਇੱਕਦਮ ਆਵਾਜ਼ ਉੱਠੀ, ਵੇਖੋ ਜੀ ਪੰਜਾਬੀਆਂ ਨੇ ਕਰ ਦਿੱਤਾ, ਪੰਜਾਬੀ ਯੂਪੀ ਬਿਹਾਰ ਬਣ ਗਿਆ, ਪੰਜਾਬ ਉੱਜੜ ਗਿਆ, ਪੰਜਾਬ ਰਹਿਣ ਦੇ ਲਾਇਕ ਨਹੀਂ ਰਿਹਾ, ਪੰਜਾਬ ਬਰਬਾਦ ਹੋ ਗਿਆ। ਜੀ ਸਰ, ਮੈਂ ਸਿਰਫ ਇੰਨੀ ਗੱਲ ਕੀਤੀ ਸੀ ਵੀ ਸਾਰੇ ਪੰਜਾਬੀਆਂ ਨੂੰ ਟਾਰਗੇਟ ਨਾ ਕਰੋ, ਜਿਹੜੇ ਲੋਕਾਂ ਨੇ ਚੋਰੀ ਕੀਤੀ ਹੈ ਉਹਨਾਂ ਨੂੰ ਟਾਰਗੇਟ ਕਰੋ। ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਛ ਦਿਨ ਪਹਿਲੇ ਪੰਜਾਬ 'ਚ ਸੇਬਾਂ ਨਾਲ ਭਰਿਆ ਟਰੱਕ ਉਲਟਿਆ, ਜਿਹਨੂੰ ਕਿ ਕੁਛ ਲੋਕ ਲੁੱਟ ਰਹੇ ਹੈ, ਉੱਥੋਂ ਸੇਬ ਚੋਰੀ ਕਰਕੇ ਲੈ ਕੇ ਜਾ ਰਹੇ ਹੈ, ਅਤੇ ਇਸ ਵਾਕਿਆ ਨੂੰ ਸਿੱਖਾਂ ਦੀ ਅਤੇ ਪੰਜਾਬ ਦਾ ਰੂਪ ਦੱਸਿਆ ਜਾ ਰਿਹਾ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਮੰਦਭਾਗੇ ਵਾਕਿਆ ਦੇ ਬਾਰੇ ਜਾਣਾਂਗੇ। ਇਸ ਤੋਂ ਪਹਿਲੇ ਜਿਹਨਾਂ ਦੋਸਤਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਹੈਲੋ ਹੈਲੋ, ਹਾਂਜੀ ਜੀ, ਹਾਂਜੀ, ਮੇਰੀ ਗੱਲ ਹਰਪ੍ਰੀਤ ਸਿੰਘ ਮੱਖੂ ਨਾਲ ਹੋ ਰਹੀ ਹੈ? ਹਾਂਜੀ, ਹਰਪ੍ਰੀਤ ਸਿੰਘ ਮੱਖੂ ਬੋਲ ਰਹੇ ਜੀ। ਸਤਿ ਸ਼੍ਰੀ ਅਕਾਲ ਮੱਖੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੱਖੂ ਸਾਹਿਬ, ਇੱਕ ਘਟਨਾ ਹੋਈ ਸੀ, ਤੁਸੀਂ ਵੀ ਉਸ ਖਬਰ ਨੂੰ ਦੇਖਿਆ ਹੋਊਗਾ ਬੜੇ ਗੌਰ ਨਾਲ, ਸੇਬਾਂ ਦਾ ਟਰੱਕ ਪਲਟ ਜਾਂਦਾ ਤੇ ਲੋਕ ਉਹ ਪੇਟੀਆਂ ਚੱਕ ਕੇ ਲੈ ਜਾਂਦੇ ਨੇ, ਚੁੱਕ ਚੁੱਕ ਲੈ ਕੇ ਜਾ ਰਹੇ। ਪਰ ਉਹ ਘਟਨਾ ਸਾਰੀ ਅਸੀਂ ਦੇਖੀ ਹੈ, ਪਰ ਕਿਤੇ ਉਸਦਾ ਵਿਰੋਧ ਹੋ ਰਿਹਾ ਤੇ ਕਿਤੇ ਉਸਦੇ ਹੱਕ ਵਿੱਚ ਵੀ ਲੋਕ ਸਾਹਮਣੇ ਆ ਰਹੇ ਨੇ। ਤੇ ਪਰ ਮੈਂ ਤੁਹਾਡੀ ਕੁਝ ਪੋਸਟਾਂ ਦੇਖੀਆਂ ਸਨ, ਤੇ ਉਹਨਾਂ ਪੋਸਟਾਂ ਦੇ ਵਿੱਚ ਤੁਸੀਂ ਉਹਨਾਂ ਲੋਕਾਂ ਜੋ ਸੇਬਾਂ ਦੀਆਂ ਪੇਟੀਆਂ ਲੁੱਟ ਕੇ ਜਾ ਰਹੇ ਸੀ, ਭਾਵ ਜੋ ਚੋਰੀ ਕਰਦੇ ਪਏ ਸੀਗੇ, ਤੁਸੀਂ ਉਹਨਾਂ ਦੇ ਹੱਕ ਵਿੱਚ ਭੁਗਤਦੇ ਪਏ ਸੀਗੇ, ਹੱਕ ਦੇ ਵਿੱਚ, ਤੁਹਾਡਾ ਉਹਨਾਂ ਦੇ ਹੱਕ ਵਿੱਚ ਭੁਗਤਣ ਦਾ ਕੀ ਕਾਰਨ ਹੈ? ਪਹਿਲਾਂ ਤੇ ਭਰਾ ਜੀ, ਮੈਂ ਤੁਹਾਨੂੰ ਇਹ ਚੀਜ਼ ਦੱਸਣੀ ਚਾਹੁੰਦਾ ਵਾ ਵੀ ਜਿਹੜਾ ਆਹ ਭੁਲੇਖਾ ਮਨ ਦੇ ਵਿੱਚ ਪਾਲਿਆ ਹੋਇਆ ਨਾ, ਬਈ ਇੱਕ ਪਾਸੇ ਤੇ ਟਰੱਕ ਪਲਟਿਆ, ਜੀ ਜਿਹੜਾ ਡਰਾਈਵਰ ਹੈ ਉਹਦਾ ਕਿਸੇ ਨੇ ਹਾਲ ਨਾ ਪੁੱਛਿਆ ਵੀ ਮਰਿਆ ਕਿ ਬਚਿਆ, ਸੇਬਾਂ ਨੂੰ ਪੈ ਗਏ, ਲੋਕਾਂ ਨੇ ਸੇਬ ਲੁੱਟੇ, ਹੈਨਾ। ਉਸ ਤੋਂ ਬਾਅਦ ਇੱਕਦਮ ਆਵਾਜ਼ ਉੱਠੀ, ਵੇਖੋ ਜੀ ਪੰਜਾਬੀਆਂ ਨੇ ਕਰ ਦਿੱਤਾ, ਪੰਜਾਬੀ ਯੂਪੀ ਬਿਹਾਰ ਬਣ ਗਿਆ, ਪੰਜਾਬ ਉੱਜੜ ਗਿਆ, ਪੰਜਾਬ ਰਹਿਣ ਦੇ ਲਾਇਕ ਨਹੀਂ ਰਿਹਾ, ਪੰਜਾਬ ਬਰਬਾਦ ਹੋ ਗਿਆ। ਜੀ, ਮੇਰੀ ਗੱਲ ਨੂੰ ਸਮਝਣ ਦਾ ਯਤਨ ਕਰੋ, ਤੁਸੀਂ ਮੇਰੇ ਨਾ ਹਰ ਕਮੈਂਟ ਨੂੰ ਨੈਗੇਟਿਵ ਨਾਲ ਲੈ ਕੇ ਜਾਇਆ ਕਰੋ, ਵੀ ਜੇ ਮਖੂ ਨੇ ਕਮੈਂਟ ਕਰ ਦਿੱਤਾ ਤੇ ਉਹਨੂੰ ਇੱਕ ਵੱਖਰਾ ਰੂਪ ਦੇਣਾ ਹੈ। ਹਰ ਬੰਦੇ ਦਾ ਵੇਖਣ ਦਾ ਨਜ਼ਰੀਆ ਆਪੋ ਆਪਣਾ ਹੈ, ਸਹੀ ਗਲਤ ਦੇ ਪੈਮਾਨੇ ਆਪੋ ਆਪਣੇ ਨੇ, ਤੁਹਾਡੇ ਆਪਣੇ ਪੈਮਾਨੇ ਨੇ ਯਾਰ, ਮੇਰੇ ਆਪਣੇ ਪੈਮਾਨੇ ਨੇ। ਜੀ, ਤੁਸੀਂ ਆਪਣੀ ਗੱਲ ਮੇਰੇ ਤੇ ਨਾ ਥੋਪੋ, ਮੈਂ ਆਪਣੀ ਗੱਲ ਤੁਹਾਡੇ ਤੇ ਨਹੀਂ ਥੋਪਦਾ। ਪਰ ਗੱਲ ਸਮਝਣ ਦਾ ਫਿਰ ਇੱਕ ਵਾਰੀ ਯਤਨ ਕਰੋ ਵੀ ਗੱਲ ਹੈ ਕੀ ਹੈ ਮਸਲਾ। ਮੈਂ ਉਹਦੇ ਵਿੱਚ ਇਹ ਮੁੱਦਾ ਉਠਾਇਆ, ਮੈਂ ਕਿਹਾ ਵੀ ਬੜੇ ਧਿਆਨ ਦੇ ਨਾਲ ਇਹ ਗੱਲ ਦੇਖੋ ਵੀ ਪਹਿਲੀ ਗੱਲ ਤੇ ਜਿਹੜਾ ਟਰੱਕ ਪਲਟਿਆ ਬਹੁਤ ਮਾੜਾ ਹੋਇਆ, ਜੀ ਸੇਬ ਚੋਰੀ ਕੀਤੇ ਗਏ ਨੇ ਬਹੁਤ ਮਾੜਾ ਹੋਇਆ, ਚਿੱਟੇ ਦਿਨ ਇਹ ਸਾਰਾ ਕੰਮ ਕੀਤਾ ਗਿਆ। ਮੈਂ ਜਿਹੜੀ ਚੀਜ਼ ਤੇ ਸਵਾਲ ਉਠਾਇਆ, ਮੇਰੇ ਵਾਲੀ ਗੱਲ ਤੇ ਤਾਂ ਕੋਈ ਆਇਆ ਹੀ ਨਹੀਂ ਨਾ, ਮੈਨੂੰ ਹੋਰ ਵੀ ਦੋ ਵੀਰਾਂ ਦੇ ਫੋਨ ਆਏ, ਮਖੂ ਸਾਹਿਬ ਤੁਸੀਂ ਚੋਰਾਂ ਦੇ ਹੱਕ ਦੇ ਵਿੱਚ ਭੁਗਤਦੇ ਪਏ ਹੋ, ਜਿਨ੍ਹਾਂ ਨੇ ਸੇਬ ਲੁੱਟੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਭੁਗਤਦੇ ਪਏ ਹੋ। ਭਾਈ ਸਾਹਿਬ, ਮੈਂ ਸਿਰਫ ਇੰਨੀ ਗੱਲ ਕੀਤੀ ਸੀ ਵੀ ਸਾਰੇ ਪੰਜਾਬੀਆਂ ਨੂੰ ਟਾਰਗੇਟ ਨਾ ਕਰੋ, ਜਿਹੜੇ ਲੋਕਾਂ ਨੇ ਚੋਰੀ ਕੀਤੀ ਹੈ ਉਹਨਾਂ ਨੂੰ ਟਾਰਗੇਟ ਕਰੋ। ਜੀ ਮਖੂ ਸਾਹਿਬ, ਉਹਨਾਂ ਦੀਆਂ ਫੋਟੋਆਂ ਨੂੰ ਕੀਤਾ ਸੀ ਕਿ ਜੋ ਗੱਲ ਤੁਹਾਡੀ ਕਿਤੇ ਸਪਸ਼ਟ ਨਹੀਂ ਹੋ ਪਾ ਰਹੀ ਸੀ ਖੁੱਲ ਕੇ ਕੁਝ ਕਮੈਂਟਾਂ ਦੇ ਵਿੱਚ, ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ ਤੁਸੀਂ ਆਪਣੀ ਗੱਲ ਖੁੱਲ ਕੇ ਸਪਸ਼ਟ ਰੱਖ ਸਕੋ। ਜੀ ਬਿਲਕੁਲ, ਮੈਂ ਹੁਣ ਆਪਣੀ ਗੱਲ ਰੱਖਣੀ ਚਾਹੁੰਦਾ ਤੇ ਮੈਨੂੰ ਥੋੜਾ ਜਿਹਾ ਟਾਈਮ ਦਿੱਤਾ ਜਾਵੇ, ਮੈਂ ਕਹਿਣਾ ਕੀ ਚਾਹੁੰਦਾ ਵਾ। ਅਸਲ ਵਿੱਚ ਮਸਲਾ ਕੀ ਹੈ, ਬੜੇ ਧਿਆਨ ਦੇ ਨਾਲ ਸੁਣੋ, ਮੈਂ ਹੁਣ ਫਿਰ ਆਪਣੀ ਗੱਲ ਕਲੀਅਰ ਕਰਨ ਲੱਗਾ ਵਾ, ਮੇਰੀ ਗੱਲ ਦਾ ਫਿਰ ਨੈਗੇਟਿਵ ਕੋਈ ਹੋਰ ਪਾਸੇ ਨਾਲ ਲੈ ਜਾਵੇ ਵੀ ਕਿਸੇ ਹੋਰ ਰੰਗ ਦੇ ਦੇਵੇ। ਜਿਹੜਾ ਟਰੱਕ ਪਲਟਿਆ ਬਹੁਤ ਮਾੜਾ ਹੋਇਆ, ਟਰੱਕ ਤੇ ਚੋਰੀ ਹੋਈ ਬਹੁਤ ਮਾੜਾ ਹੋਇਆ, ਚਿੱਟੇ ਦਿਨ ਲੋਕ ਸੇਬ ਲੁੱਟ ਕੇ ਆਪਣੇ ਘਰਾਂ ਨੂੰ ਲੈ ਗਏ, ਬਹੁਤ ਮਾੜਾ ਹੋਇਆ। ਮੈਂ ਖੁਦ ਇਹ ਗੱਲ ਉਹਨਾਂ ਨੂੰ ਪੁੱਛਦਾ ਵੀ ਮੈਨੂੰ ਦੱਸੋ ਸੇਬ ਤੁਹਾਡੇ ਢਿੱਡ ਦੇ ਵਿੱਚ ਕਿੰਨੇ ਕੁ ਦਿਨ ਰਹਿਣੇ ਨੇ, ਤੁਸੀਂ ਡਰਾਈਵਰ ਦਾ ਹਾਲ ਚਾਲ ਪੁੱਛਦੇ, ਟਰੱਕ ਕਿਵੇਂ ਪਲਟਿਆ, ਕੋਈ ਮਰਿਆ ਕੋਈ ਬਚਿਆ, ਉਹ ਆ ਕੇ ਪੁੱਛਦੇ। ਤੁਹਾਨੂੰ ਡਰਾਈਵਰ ਤੇ ਦਿਸਿਆ ਨਹੀਂ, ਟਰੱਕ ਪਲਟਿਆ ਤੁਹਾਨੂੰ ਦਿਸਿਆ, ਤੇ ਉਸੇ ਵੇਲੇ ਸੇਬ ਦਿਸ ਗਏ ਤੁਹਾਨੂੰ। ਮੈਂ ਇਸ ਗੱਲ ਦੇ ਵਿਰੋਧ ਵਿੱਚ ਆ, ਮੇਰੀ ਗੱਲ ਨੂੰ ਸਮਝਣ ਦਾ ਪ੍ਰਯਾਸ ਕਰੋ ਵੀ ਮਸਲਾ ਹੈ ਕੀ ਹੈ। ਮੈਂ ਇਹ ਮਸਲਾ ਉਠਾਇਆ ਆ ਕਿਉਂਕਿ ਬਾਰ ਬਾਰ ਗੱਲ ਚੱਲੀ ਉਹ ਪੰਜਾਬ ਲੁੱਟਿਆ ਗਿਆ, ਪੰਜਾਬ ਯੂਪੀ ਬਿਹਾਰ ਬਣ ਗਿਆ, ਪੰਜਾਬੀਆਂ ਨੇ ਲੁੱਟਤਾ, ਪੰਜਾਬ ਬਰਬਾਦ ਹੋ ਗਿਆ, ਇਹ ਵੰਡਣ ਵਾਲੀ ਕੌਮ ਸੀ। ਮੈਂ ਕਿਹਾ ਯਾਰ ਤੁਸੀਂ ਉਹ 5-7-10 ਜਾਂ 50 ਬੰਦਿਆਂ ਨੇ ਲੁੱਟਿਆ, ਠੀਕ ਹੈ, ਪੰਜਾਬ ਦੇ ਵਿੱਚ ਬਾਈ ਜੀ ਸਿਰਫ 50 ਬੰਦੇ ਰਹਿੰਦੇ ਨੇ। ਹੁਣ ਉਹਨਾਂ 50 ਬੰਦਿਆਂ ਦੀ ਗਲਤੀ ਜਾਂ 40 ਬੰਦਿਆਂ ਦੀ ਗਲਤੀ ਜਾਂ 25 ਬੰਦਿਆਂ ਦੀ ਗਲਤੀ ਪੂਰੇ ਪੰਜਾਬ ਤੇ ਕਿਵੇਂ ਥੋਪ ਸਕਦੇ ਹੋ? ਹੁਣ ਜੇ ਇਸੇ ਗੱਲ ਦੇ ਉੱਪਰ ਹੀ ਮੇਰਾ ਵਿਰੋਧ ਹੋ ਰਿਹਾ ਤੇ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਵਾ, ਜੇ ਸਾਰੇ ਪੰਜਾਬੀਆਂ ਨੂੰ ਸੇਬਾਂ ਦੇ ਮਾਮਲੇ ਵਿੱਚ ਟਾਰਗੇਟ ਕਰਨਾ ਹੈ ਤੇ ਜਿਹੜੇ ਸਾਡੇ ਪੰਜਾਬੀ ਭਰਾਵਾਂ ਨੇ ਇਹ ਸਾਰਾ ਖਰਚਾ ਹੀ ਚੁੱਕ ਲਿਆ, ਡਰਾਈਵਰ ਨੂੰ ਕਹਿਤਾ ਵੀ ਜਿੰਨਾ ਤੇਰਾ ਨੁਕਸਾਨ ਹੋਇਆ ਉਸ ਵਪਾਰੀ ਨੂੰ ਪੂਰੇ ਦੇ ਪੂਰੇ 1260 ਪੇਟੀਆਂ ਸੀ, ਇਹ ਸਾਰਾ ਖਰਚਾ ਅਸੀਂ ਭਰਦੇ ਹਾਂ, ਤੇ ਬਾਈ ਜੀ ਉਹ ਵੀ ਤੇ ਪੰਜਾਬੀ ਭਰਾ ਨੇ ਨਾ। ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਤੁਸੀਂ ਹੁਣ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਜੀ,
ਤੁਹਾਨੂੰ ਵੀ ਕਿਤੇ ਨਾ ਕਿਤੇ ਦੁੱਖ ਲੱਗਾ ਹਨਾ। ਹੁਣ ਜਿਹੜੇ ਅਫਸੋਸ ਜਤਾ ਰਹੇ ਨੇ ਉਹ ਵੀ ਪੰਜਾਬੀ ਨੇ, ਜਿਹੜੇ ਇਸ ਗੱਲ ਦਾ ਸਪਸ਼ਟੀਕਰਨ ਦੇ ਰਹੇ ਨੇ ਉਹ ਵੀ ਪੰਜਾਬੀ ਨੇ, ਜਿਹੜੇ ਭਰਪਾਈ ਕਰ ਰਹੇ ਨੇ ਉਹ ਵੀ ਪੰਜਾਬੀ ਨੇ। ਸੋ ਜੇ 40-50 ਜਣਿਆਂ ਨੇ ਇਹ ਕਾਰਨਾਮਾ ਕੀਤਾ, ਘਟਨਾ ਬੜੀ ਮੰਦਭਾਗੀ ਹੈ, ਮੈਂ ਕਹਿੰਦਾ ਉਹਨਾਂ ਨੂੰ ਟਾਰਗੇਟ ਕਰੋ, ਨਿਸ਼ਾਨਦੇਹੀ ਕਰੋ, ਉਹਨਾਂ ਨੂੰ ਪਰਚੇ ਦੇ ਵਿੱਚ ਨਾਮਜ਼ਦ ਕਰੋ, ਉਹਨਾਂ ਦੇ ਕੋਲ ਭਰਪਾਈ ਹੋਵੇ। ਮੈਂ ਇਸ ਗੱਲ ਦੇ ਹੱਕ ਦੇ ਵਿੱਚ ਆ ਜੀ, ਪਰ ਮੈਂ ਕਹਿੰਦਾ ਪੂਰੇ ਪੰਜਾਬ ਨੂੰ ਟਾਰਗੇਟ ਕਰਨਾ ਬਹੁਤ ਜ਼ਿਆਦਾ ਮਾੜਾ। ਹੁਣ ਤੁਸੀਂ ਦੇਖੋ ਵੀ ਕਿ ਇਹ ਪਹਿਲੀ ਘਟਨਾ ਹੋਈ ਹੈ ਸੇਬਾਂ ਵਾਲੀ, ਮੈਨੂੰ ਤਾਂ ਇੰਝ ਲੱਗਦਾ ਵੀ ਸੇਬਾਂ ਦੀ ਘਟਨਾ ਨੂੰ ਪਤਾ ਨੀ ਕੀ ਬਣਾ ਕੇ ਪੇਸ਼ ਕਰ ਦਿੱਤਾ ਬਾਈ ਜੀ। ਮੁਰਦਾ ਘਰਾਂ ਦੇ ਵਿੱਚੋਂ ਲਾਸ਼ਾਂ ਚੋਰੀ ਹੋ ਜਾਂਦੀਆਂ। ਆ ਪਿਛਲੇ ਦਿਨਾਂ ਦੀ ਗੱਲ ਹੈ, ਸਿਵਲ ਹਸਪਤਾਲ ਦੇ ਵਿੱਚੋਂ ਬੱਚਾ ਚੋਰੀ ਹੋ ਗਿਆ। ਐਡੀਆਂ ਵੱਡੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ ਨੇ, ਉਹਨਾਂ ਘਟਨਾਵਾਂ ਮੈਂ ਕਹਿੰਦਾ ਜੇ ਤੁਸੀਂ ਇਸ ਤੋਂ ਵੀ ਅੱਗੇ ਜਾਓ, ਲੀਡਰਾਂ ਨੇ ਪੰਜਾਬ ਦੇ ਵਿੱਚ ਕੀ ਗੱਲ ਚੋਰੀਆਂ ਘੱਟ ਕੀਤੀਆਂ ਨੇ, ਕੀ ਪੰਜਾਬ ਨੂੰ ਲੁੱਟਿਆ ਨਹੀਂ। ਇਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਧਿਆਨ ਉਸ ਮਸਲੇ ਦੇ ਉੱਪਰ ਵੀ ਲੈ ਆਈਏ। ਹਾਂ, ਜਿਹੜੀ ਘਟਨਾ ਵਾਪਰੀ ਹੈ ਮੈਂ ਇਸ ਘਟਨਾ ਦਾ ਵਿਰੋਧ ਕਰਦਾ ਵਾਂ। ਮੇਰੇ ਕਹਿਣ ਤੋਂ ਭਾਵ ਇਹ ਸੀ ਵੀ ਜਿਹੜੇ 40-50 ਬੰਦੇ ਨੇ ਉਹਨਾਂ ਨੂੰ ਟਾਰਗੇਟ ਕਰੋ, ਉਹਨਾਂ ਤੇ ਪਰਚੇ ਵੀ ਕਰੋ, ਉਹਨਾਂ ਦੇ ਕੋਲੋਂ ਨੁਕਸਾਨ ਦੀ ਭਰਪਾਈ ਵੀ ਕਰਵਾਓ, ਪਰ ਪੂਰੇ ਪੰਜਾਬ ਨੂੰ ਬਾਈ ਜੀ ਸਾਡੇ ਨੂੰ ਟਾਰਗੇਟ ਨਾ ਕਰੋ। ਆਹ ਸੀ ਮੇਰਾ ਮਸਲਾ, ਤੇ ਇਸ ਮਸਲੇ ਨੂੰ ਪਤਾ ਨੀ ਕਿਹੜਾ ਕਿਹੜਾ ਰੂਪ ਦੇ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਇੱਕ ਦੋ ਚੈਨਲ ਵਾਲਿਆਂ ਨੇ ਕੀ ਕੀਤਾ, ਜਿਹੜੀਆਂ ਫੋਟੋਆਂ ਦਿਖਾਈਆਂ ਗਈਆਂ, ਹੁਣ ਵੀਡੀਓ ਬਣੀ ਸੀ ਜੀ, ਵੀਡੀਓ ਦੇ ਵਿੱਚੋਂ ਲਏ ਸਕਰੀਨਸ਼ਾਟ, ਜਿਹੜੇ ਸਕਰੀਨਸ਼ਾਟ ਲਏ ਸੀ ਜਿਨ੍ਹਾਂ ਦੇ ਸਿਰ ਤੇ ਦਸਤਾਰਾਂ ਸੀ ਨਾ, ਉਹਨਾਂ ਦੇ ਸਕਰੀਨਸ਼ਾਟ ਉਹਨਾਂ ਨੇ ਪਾਤੇ। ਹੱਦ ਹੋਈ ਪਈ ਯਾਰ, ਇੰਨਾ ਜ਼ਿਆਦਾ ਤੁਸੀਂ ਗਿਰ ਜਾਓਗੇ। ਮੈਂ ਕਹਿੰਦਾ ਅਸਲ ਦੇ ਵਿੱਚ ਬਾਈ ਜੀ ਗੱਲ ਇਹ ਨਾ ਤੇ ਸਿੱਖ ਦੀ ਹੈ, ਨਾ ਹਿੰਦੂ ਦੀ ਹੈ, ਨਾ ਮੁਸਲਮਾਨ ਦੀ ਹੈ। ਠੀਕ, ਨੰਬਰ 2 ਦੇ ਉੱਪਰ ਆਓ, ਇਹ ਨਾ ਪੰਜਾਬ ਦੀ ਹੈ, ਨਾ ਯੂਪੀ ਦੀ, ਨਾ ਬਿਹਾਰ ਦੀ ਗੱਲ ਹੁੰਦੀ। ਕਰੈਕਟਰ ਦੇ ਵਿੱਚ ਜਦੋਂ ਗਿਰਾਵਟ ਆ ਜਾਂਦੀ ਹੈ ਨਾ ਤੁਹਾਡੇ ਜੀ, ਉਦੋਂ ਇਹ ਘਟਨਾਵਾਂ ਵਾਪਰਦੀਆਂ ਹੁੰਦੀਆਂ ਨੇ, ਤੇ ਗਿਰਾਵਟ ਕਿਸੇ ਦੇ ਵੀ ਜੀਵਨ ਦੇ ਵਿੱਚ ਆ ਸਕਦੀ ਹੈ। ਹੁਣ ਜੇ ਇੱਕ ਘਟਨਾ ਨਾਲ ਤੁਸੀਂ ਕਹਿੰਦੇ ਵੀ ਪੰਜਾਬ ਉੱਜੜ ਜਾਏਗਾ, ਪੰਜਾਬ ਬਰਬਾਦ ਹੋ ਜਾਏਗਾ, ਤੇ ਮੈਂ ਬੜਾ ਹੈਰਾਨ ਹੋ ਜਾਂਦਾ ਵਾ। ਪੰਜਾਬ ਯਾਰ ਏਦਾਂ ਵੀ ਜੇ ਖੰਡ ਦੀ ਪੁੜੀ ਹੈ ਵੀ ਜਿਹੜਾ ਮਰਜ਼ੀ ਆ ਕੇ ਖਿਲਾਰ ਦੇਗਾ, ਐਸਾ ਕੁਛ ਨਹੀਂ ਹੈ। ਕਿਸਾਨੀ ਮੋਰਚੇ ਵੇਲੇ ਆਪਾਂ ਕਿੰਨਾ ਕੁਛ ਵੰਡਿਆ ਦੁਨੀਆਂ ਦੇ ਸਾਹਮਣੇ, ਆਪਣੇ ਅੱਜ ਦੀ ਐਗਜ਼ਾਮਪਲ ਹੈ। ਜੇ ਥੋੜਾ ਜਿਹਾ ਪਿੱਛੇ ਚਲੇ ਜਾਓ ਤੇ ਕੁੱਤੇ ਦੇ ਗਲ ਦੇ ਵਿੱਚ ਕੈਂਠਾ ਪਾ ਦਿੰਦੇ ਹੁੰਦੇ ਸੀ, ਤੇ ਸਾਰਾ ਸ਼ਹਿਰ ਘੁੰਮ ਕੇ ਲਾਹੌਰ ਘੁੰਮ ਕੇ ਵਾਪਸ ਆ ਜਾਂਦਾ ਹੁੰਦਾ ਸੀ, ਤੇ ਕੋਈ ਉਹਦੇ ਗਲ ਦੇ ਵਿੱਚੋਂ ਕੈਂਠਾ ਨਹੀਂ ਸੀ ਲਾਉਂਦਾ, ਕਿਉਂਕਿ ਕ੍ਰਾਈਮ ਜ਼ੀਰੋ ਸੀ ਜੀ। ਮੈਂ ਦੁਨੀਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ ਵੀ ਕਿਰਪਾ ਕਰਕੇ ਜੇ ਮੰਨ ਲਓ ਹੁਣ 2-4 ਬੰਦੇ ਕਤਲ ਕਰ ਦੇਣਗੇ ਪੰਜਾਬ ਦੇ ਵਿੱਚ, ਕੀ ਆਪਾਂ ਸਾਰੇ ਪੰਜਾਬ ਨੂੰ ਕਤਲ ਕਹਿ ਦੇਣਗੇ? ਆਪਾਂ ਸਾਰੇ ਪੰਜਾਬ ਨੂੰ ਕਤਲ ਨਹੀਂ ਨਾ ਕਹਿੰਦੇ, ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਕਤਲ ਕਹਿੰਦੇ ਆ। ਮੈਂ ਕਹਿੰਦਾ ਜੇ ਸੇਬ ਚੋਰੀ ਕੀਤੇ ਨੇ, ਜਿਹੜੇ ਚੋਰ ਨੇ ਉਹ 40-50 ਜਣੇ ਨੇ, ਉਹਨਾਂ ਨੂੰ ਤੁਸੀਂ ਚੋਰ ਕਹੋ? ਸਾਰੇ ਪੰਜਾਬ ਨੂੰ ਤੁਸੀਂ ਟਾਰਗੇਟ ਕਿਉਂ ਕਰਦੇ ਪਏ ਹੋ? ਮੇਰਾ ਸਵਾਲ ਬਾਈ ਜੀ ਇੱਥੇ ਆ ਜਾਂਦਾ। ਹੁਣ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਜਿਹੜਾ ਤੁਹਾਨੂੰ ਭੁਲੇਖਾ, ਮੈਂ ਤੇ ਸਗੋਂ ਸਵੇਰੇ ਵੀ ਇਹ ਗੱਲ ਕੀਤੀ ਹੈ, ਕਿਸੇ ਹੋਰ ਵੀ ਚੈਨਲ ਵਾਲੇ ਭਰਾ ਦਾ ਫੋਨ ਆਇਆ ਸੀ ਮੈਨੂੰ, ਕਹਿੰਦਾ ਜੀ ਤੁਹਾਡਾ ਕਮੈਂਟ ਬੜਾ ਵਾਇਰਲ ਹੋ ਰਿਹਾ ਜੀ, ਸਕਰੀਨ ਸ਼ੋਟ ਹੈ, ਤੁਸੀਂ ਉਹਦੇ ਵਿੱਚ ਕਹਿ ਰਹੇ ਹੋ ਵੀ ਸੇਬਾਂ ਦੀ ਘਟਨਾ ਛੱਡੋ ਜੀ, ਤੁਸੀਂ ਪੰਜਾਬ ਨੂੰ ਟਾਰਗੇਟ ਕਰ ਰਹੇ ਹੋ, ਤੁਸੀਂ ਚੋਰਾਂ ਦੇ ਹੱਕ ਦੇ ਵਿੱਚ ਭੁਗਤਦੇ ਪਏ ਹੋ। ਬਾਈ ਜੀ ਬੜੇ ਧਿਆਨ ਨਾਲ ਗੱਲ ਸੁਣਿਆ ਜੇ, 26 ਨਵੰਬਰ 1998 ਦੇ ਵਿੱਚ ਨਾ ਖੰਨੇ ਲਾਗੇ ਇੱਕ ਰੇਲ ਹਾਦਸਾ ਹੋਇਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ, ਗੂਗਲ ਦੇ ਉੱਪਰ ਇਹ ਸਾਰਾ ਪਿਆ। ਜੇ ਤੁਸੀਂ ਟ੍ਰੇਨ ਐਕਸੀਡੈਂਟ ਇਨ ਇੰਡੀਆ ਵੀ ਕਰੋਗੇ, ਜਿਹੜੇ 10 ਆਉਂਦੇ ਨੇ ਉਹਨਾਂ ਦੇ ਵਿੱਚੋਂ ਇਸ ਹਾਦਸੇ ਦਾ ਵੇਰਵਾ ਆਉਂਦਾ। 24 ਸਾਲ ਪਿੱਛੇ ਲੈ ਕੇ ਚੱਲਿਆ ਵਾ, ਹੁਣ 24 ਸਾਲ ਪਹਿਲਾਂ 26 ਨਵੰਬਰ 1998 ਵਿੱਚ ਖੰਨਾ ਦੇ ਨੇੜੇ 2 ਰੇਲ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ। ਤਾਂ ਭਾਰਤ ਦੇ ਉੱਤਰੀ ਰੇਲਵੇ ਦੀ ਮੈਂ ਗੱਲ ਕਰਦਾ ਵਾਂ, ਜਿਹੜਾ ਖੰਨਾ ਲੁਧਿਆਣਾ ਸੈਕਸ਼ਨ ਦੇ ਉੱਤੇ ਹੈ। ਤੁਸੀਂ ਦੇਖੋ ਵੀ ਜਿਉਂ ਹੀ ਗੱਡੀਆਂ ਟਕਰਾਈਆਂ, ਭਾਈ ਸਾਹਿਬ ਮੇਰੀ ਗੱਲ ਸੁਣ ਪਾ ਰਹੇ ਹੋ ਤੁਸੀਂ? ਜੀ ਜੀ ਹਾਂ, ਜਿਉਂ ਹੀ ਗੱਡੀਆਂ ਟਕਰਾਈਆਂ, ਗੱਡੀਆਂ ਦੇ ਟਕਰਾਉਣ ਦੀ ਆਵਾਜ਼ ਇੰਨੀ ਕੁ ਭਿਆਨਕ ਸੀ ਵੀ ਜਿਵੇਂ ਕਿ ਲਾਗਲੇ ਪਿੰਡਾਂ ਦੇ ਵਿੱਚ ਸੁਣੀ, ਉਹਨਾਂ ਨੂੰ ਪਤਾ ਲੱਗਦਾ ਵੀ ਇੱਥੇ ਟ੍ਰੇਨ ਐਕਸੀਡੈਂਟ ਹੋ ਗਿਆ, 2 ਗੱਡੀਆਂ ਜਿਹੜੀਆਂ ਨੇ ਰੇਲ ਗੱਡੀਆਂ ਉਹ ਹਾਦਸਾਗ੍ਰਸਤ ਹੋ ਗਈਆਂ ਨੇ। ਲੋਕ ਬਾਈ ਜੀ ਪਿੰਡਾਂ ਦੇ ਵਿੱਚੋਂ ਦਬਾ ਦਬ ਟਰੈਕਟਰ ਲੈ ਕੇ ਆਏ, ਉਹਨਾਂ ਨੇ ਟਰੈਕਟਰ ਦੀਆਂ ਲਾਈਟਾਂ ਦੇ ਨਾਲ ਉੱਥੇ ਦਿਨ ਚਾੜ ਦਿੱਤਾ, ਕਿਵੇਂ ਲੋਕਾਂ ਦੀ ਉੱਥੇ ਹੈਲਪ ਕੀਤੀ, ਕਿਉਂਕਿ ਉਸ ਟ੍ਰੇਨ ਦੇ ਅੰਦਰ ਗੱਡੀ ਦੇ ਵਿੱਚ 2500 ਸਵਾਰੀਆਂ ਸੀ, ਤੇ ਐਡਾ ਵੱਡਾ ਹਾਦਸਾ ਸੀ, 212 ਲੋਕ ਉਹਦੇ ਵਿੱਚ ਮਾਰੇ ਗਏ। ਕਿਵੇਂ ਉਹਨਾਂ ਨੂੰ ਬਾਹਰ ਕੱਢਿਆ ਹੋਵੇਗਾ, ਕਿਵੇਂ ਹਸਪਤਾਲਾਂ ਤੱਕ ਪੜਾਇਆ ਹੋਵੇਗਾ, ਕਿਵੇਂ ਮਲਮ ਪੱਟੀ ਕੀਤੀ ਹੋਵੇਗੀ, ਕਿਵੇਂ ਉਹਨਾਂ ਲੋਕਾਂ ਦੇ ਉੱਤੇ ਚਾਹ ਪਾਣੀ ਲੰਗਰ ਲਾ ਤੇ ਉੱਥੇ ਬੜਾ ਵੱਡਾ ਪ੍ਰਬੰਧ ਹੋ ਗਿਆ। ਇੰਝ ਲੱਗਦਾ ਸੀ ਜਿਵੇਂ ਕਿਤੇ ਇੱਥੇ ਨਾ ਕੋਈ ਦੁਨੀਆਂ ਦੇ ਵਿੱਚ ਅਰਸ਼ਾਂ ਤੋਂ ਫਰਿਸ਼ਤੇ ਉੱਤਰ ਕੇ ਆਏ ਹੁੰਦੇ ਨੇ। ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵਾਂ ਵੀ ਉਹ ਸਾਡਾ ਕਿਰਦਾਰ ਸੀ, ਅੱਜ ਇੱਥੇ ਟਰੱਕ ਪਲਟ ਗਿਆ, ਤੁਸੀਂ ਸੇਬ ਲੁੱਟ ਕੇ ਲੈ ਗਏ, ਬਹੁਤ ਮਾੜੀ ਘਟਨਾ। ਵੀ ਸਾਡਾ ਕਿਰਦਾਰ ਆਹ ਸੀ, ਲੋਕਾਂ ਦੇ ਵਿੱਚ ਆਹ ਸਾਡੀ ਜਾਂਦੀ ਸੀ ਵੀ ਇੱਕ ਟ੍ਰੇਨ ਹਾਦਸਾ ਹੋ ਗਿਆ, ਹੁਣ ਉਹ ਕਿਹੜੇ ਲਾਗਲੇ ਪਿੰਡਾਂ ਦੇ ਰਿਸ਼ਤੇਦਾਰ ਸੀ ਬਾਈ ਜੀ? ਹੁਣ ਜੇ ਆਪਾਂ ਇਸੇ ਗੱਲ ਦੇ ਉੱਪਰ ਆ ਜਾਈਏ, ਕਿਹੜਾ ਉਹਨਾਂ ਨੂੰ ਖੂਨ ਦਾ ਰਿਸ਼ਤਾ ਸੀ? ਜਿਹੜੇ ਅੱਧੀ ਰਾਤੀ ਆਪੋ ਆਪਣੇ ਘਰਾਂ ਦੇ ਵਿੱਚ ਉੱਠ ਕੇ ਆਏ, ਉਹਨਾਂ ਨੇ ਉੱਥੇ ਲੰਗਰ ਲਾ ਤੇ, ਚਾਹ ਪਾਣੀ ਲਾ ਤੇ, ਬੀਬੀਆਂ ਭੈਣਾਂ ਘਰਾਂ ਦੇ ਵਿੱਚੋਂ ਨਿਕਲ ਕੇ ਆ ਗਈਆਂ, ਬੱਚੇ ਨਿਕਲ ਕੇ ਆ ਗਏ। ਮੈਂ ਕਹਿੰਦਾ ਤੁਸੀਂ ਇਸ ਤੋਂ ਵੀ ਅੱਗੇ ਚੱਲੋ,
ਆ ਲਾਗੇ ਨਾ ਰੋਡੇ ਪਿੰਡ ਦੇ ਲਾਗੇ ਇੱਕ ਪਿੰਡ ਪੈ ਜਾਂਦਾ ਮੋਗੇ ਲਾਗੇ ਦੀ ਗੱਲ ਕਰਦਾ ਲੰਗੇਆਣਾ ਜੀ। ਉੱਥੇ ਲੰਗੇਆਣੇ ਪਿੰਡ ਦੇ ਵਿੱਚ ਇੱਕ ਜਹਾਜ਼ ਜਿਹਦੇ ਵਿੱਚ ਮੇਰੇ ਖਿਆਲ ਸਿਰਫ ਪਾਇਲਟ ਸੀ, ਛੋਟਾ ਜਹਾਜ਼ ਜਿਹੜਾ ਹੁੰਦਾ, ਉਹ ਜਹਾਜ਼ ਜਿਹੜਾ ਉੱਥੇ ਡਿੱਗ ਪਿਆ ਜੀ ਜੀ। ਪਿੰਡ ਦੇ ਲੋਕਾਂ ਨੇ ਅੱਧੀ ਰਾਤ ਲਾ ਕੇ ਖੇਤਾਂ ਦੇ ਵਿੱਚੋਂ ਚੰਗੀ ਤਰ੍ਹਾਂ ਚਾਰ ਚਫੇਰੇ ਫੋਲ ਕੇ ਉਹ ਜਿਹੜਾ ਚਾਲਕ ਸੀ ਉਹਦੀ ਮੌਤ ਹੋ ਗਈ, ਉਹਦੀ ਡੈਡ ਬੋਡੀ ਵੀ ਮਿਲ ਗਈ, ਜਹਾਜ਼ ਦਾ ਮਰਤਬਾ ਵੀ ਮਿਲ ਗਿਆ। ਉਹ ਆਖਿਰਕਾਰ ਉਸ ਪਿੰਡ ਦੇ ਵਿੱਚ ਉਸ ਬੱਚੇ ਦੇ ਮਾਪੇ ਆਏ, ਉਹਨਾਂ ਨੇ ਆ ਕੇ ਪਿੰਡ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਵੀ ਹੋਇਆ ਕੀ ਸੀ? ਉਹ ਕਹਿੰਦੇ ਵੀ ਤੁਹਾਡੇ ਬੱਚੇ ਨੇ ਨਾ ਸਾਡੇ ਪਿੰਡ ਨੂੰ ਬਚਾਉਣ ਦੀ ਖਾਤਰ ਜਹਾਜ਼ ਉੱਤੋਂ ਦੀ, ਕਹਿੰਦੇ ਵੀ ਕਿਤੇ ਜਹਾਜ਼ ਵਿੱਚ ਕੋਈ ਪ੍ਰੋਬਲਮ ਆ ਗਈ ਹੋਣੀ ਹੈ, ਜਹਾਜ਼ ਪਿੰਡ ਦੇ ਉੱਤੋਂ ਦੀ ਕੱਢਿਆ ਤੇ ਕਹਿੰਦੇ ਵੀ ਸਾਡੇ ਪਿੰਡ ਨੂੰ ਬਚਾਤਾ ਤੇ ਬਾਹਰ ਜਾ ਕੇ ਖੇਤਾਂ ਦੇ ਵਿੱਚ ਜਹਾਜ਼ ਡਿੱਗਾ, ਉਹਦਾ ਬਕਾਇਦਾ ਉੱਥੇ ਬੁੱਤ ਲੱਗਾ ਹੋਇਆ ਪਿੰਡ ਵਾਲਿਆਂ ਨੇ ਲਾਇਆ। ਹੁਣ ਮੈਂ ਦੱਸਣਾ ਚਾਹੁੰਦਾ ਵਾਂ ਵੀ ਉਸ ਜਹਾਜ਼ ਦੇ ਪਾਇਲਟ ਦੇ ਨਾਲ ਪਿੰਡ ਵਾਲਿਆਂ ਦਾ ਕਿਹੜਾ ਖੂਨ ਦਾ ਰਿਸ਼ਤਾ ਸੀ, ਪੰਜਾਬੀ ਤੇ ਆਹ ਨੇ ਜੀ ਜੀ। ਮੈਂ ਇਸ ਗੱਲ ਦੇ ਨਾਲ ਐਗਰੀ ਕਰਦਾ ਪਿਆ ਵਾਂ, ਜਿਹੜੀ ਗੱਲ ਬਾਰ ਬਾਰ ਆ ਰਹੀ ਹੈ ਉਸ ਗੱਲ ਦਾ ਮੈਂ ਸਪਸ਼ਟੀਕਰਨ ਦੇਣਾ ਚਾਹੁੰਦਾ। ਮੇਰੇ ਕਹਿਣ ਤੋਂ ਭਾਵ ਇਹ ਸੀ ਪੰਜਾਬ ਹੈਲੋ 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 ਦੋਸਤੋ, ਬਿਲਕੁਲ ਇਹ ਗੱਲ 100% ਸੱਚ ਹੈ ਕਿ ਟ੍ਰੇਨ ਹਾਦਸਾ ਹੋਇਆ ਅਤੇ ਹਰ ਬੰਨੇ ਲੋਕਾਂ ਨੇ ਇੱਕ ਪ੍ਰੋਪੋਗੰਡਾ, ਜਿਹੜੇ ਸਿੱਖਾਂ ਦੇ ਦੁਸ਼ਮਣ ਹੈ, ਜਿਹੜੇ ਮੀਡੀਆ ਵਾਲੇ, ਉਹਨਾਂ ਨੂੰ ਮੌਕਾ ਮਿਲ ਗਿਆ ਉਸ ਹਾਦਸੇ ਵਿੱਚ। ਉਹ ਜਿਹੜੀ ਵੀਡੀਓ ਬਣੀ ਹੈ, ਜਿਹੜਿਆਂ ਨੇ ਸਿਰਾਂ 'ਤੇ ਦਸਤਾਰ ਬੰਨ੍ਹੀ ਹੈ, ਪੱਗ ਬੰਨ੍ਹੀ ਹੈ, ਉਹਨਾਂ ਦੀ ਤਸਵੀਰਾਂ ਜ਼ੂਮ ਕਰ ਕਰਕੇ ਲਈਆਂ ਗਈਆਂ। ਹਾਲਾਂਕਿ ਉਹਦੇ ਵਿੱਚ ਦਸਤਾਰ ਤੋਂ ਬਗੈਰ ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਸਿੱਖ ਵੀ ਸੀ, ਦੂਸਰੇ ਸਾਰੀਆਂ ਵੀ ਮਜ਼ਹਬ ਦੇ ਲੋਕ ਹੈਗੇ ਸੀ। ਖਾਲੀ ਸਿੱਖਾਂ ਨੇ ਥੋੜ੍ਹਾ ਲੁੱਟਿਆ ਉਸਨੂੰ, ਲੇਕਿਨ ਉਹਨਾਂ ਦਾ ਜ਼ਿਕਰ ਕਿਤੇ ਵੀ ਨਹੀਂ ਆਇਆ। ਲੇਕਿਨ ਸਿੱਖਾਂ ਨੂੰ ਹਾਈਲਾਈਟ ਕਰਕੇ ਉਹ ਦਿਖਾਇਆ ਗਿਆ ਜੀ ਪੰਜਾਬ ਦੇ ਵਿੱਚ, ਅਤੇ ਚੋਰਾ ਕਾਲੀ ਸ਼ੁਰੂ ਹੋ ਗਈ, ਦੇਖੋ ਜੀ ਖੂਨ ਪੀ ਲਿਆ ਜਨਾਬ, ਕੀ ਕੁਛ ਕਰ ਲਿਆ। ਬਿਲਕੁਲ ਹਰ ਜਗ੍ਹਾ 'ਤੇ ਮਾੜੇ ਚੰਗੇ ਲੋਕ ਮੌਜੂਦ ਹੁੰਦੇ, ਜਿਸ ਤਰ੍ਹਾਂ ਪੰਜੇ ਉਂਗਲੀਆਂ ਮੌਜੂਦ ਨਹੀਂ ਹੈਗੀਆਂ, ਹਰ ਮਜ਼ਹਬ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਇਸੇ ਤਰ੍ਹਾਂ ਹੀ ਲੋਕ ਹੁੰਦੇ ਮੌਜੂਦ, ਚੰਗੇ ਵੀ ਹੁੰਦੇ ਆ ਅਤੇ ਮਾੜੇ ਲੋਕ ਵੀ ਹੁੰਦੇ ਆ। ਕੀ ਹੁਣ ਮਾੜਿਆਂ ਲੋਕਾਂ ਦੀ ਵਜ੍ਹਾ ਤੋਂ ਸਾਰੇ ਲੋਕਾਂ ਨੂੰ ਅਸੀਂ ਬੁਰਾ ਕਹਿਣਾ ਸ਼ੁਰੂ ਕਰ ਦਈਏ? ਜਿਹੜੇ ਚੰਗੇ ਲੋਕ ਕੰਮ ਕਰਨ ਡੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਵਾ। ਦੇਖੋ ਕੁਛ ਇੰਝ ਦੇ ਪੰਜਾਬ ਦੇ ਵੀ ਲੋਕ ਹੈਗੇ ਸੀ ਜਿਹਨਾਂ ਨੇ ਐਲਾਨ ਕੀਤਾ ਕਿ ਅਸੀਂ ਇਸ ਭਾਈ ਨੂੰ, ਟਰੱਕ ਡਰਾਈਵਰ ਨੂੰ, ਸਾਰਾ ਨੁਕਸਾਨ ਇਹਦਾ ਪੂਰਾ ਕਰਾਂਗੇ। ਅਤੇ ਯਾਰ ਉਹਦੀ ਗੱਲ ਕਿਸੇ ਮੀਡੀਆ ਵਾਲਿਆਂ ਨੇ ਕੀਤੀ? ਕਿਸੇ ਮੀਡੀਆ ਨੇ ਇਸ ਖਬਰ ਨੂੰ ਪਾਇਆ ਹੀ ਨਹੀਂ, ਕਿਸੇ ਮੀਡੀਆ ਨੇ ਉਹਨਾਂ ਦੇ ਇੰਟਰਵਿਊ ਨੂੰ ਚਲਾਇਆ ਹੀ ਨਹੀਂ ਹੈ। ਜਿਹੜੀ ਪੋਜ਼ਿਟਿਵ ਗੱਲ ਹੈ ਉਹ ਕਿਸੇ ਨੇ ਨਹੀਂ ਕੀਤੀ, ਜਿਹੜੀ ਨੈਗੇਟਿਵ ਗੱਲ ਹੈ, ਜਾਲੀ ਝੂਠਾ ਪ੍ਰੋਪੋਗੰਡਾ ਵੈ, ਉਹਨੂੰ ਬਹੁਤ ਜ਼ਿਆਦਾ ਵਧਾ ਚੜਾ ਕੇ ਦਿਖਾਇਆ ਜਾਣ ਦਿਆ ਵੈ ਕਿ ਪੰਜਾਬ ਨੂੰ ਲੁੱਟ ਲਿਆ ਗਿਆ, ਪੰਜਾਬ ਲੁਟੇਰਿਆਂ ਦਾ ਬਣ ਗਿਆ, ਪੰਜਾਬ ਦੀ ਇਨਸਾਨੀ ਖਤਮ ਹੋ ਗਈ। ਅਤੇ ਭਾਈ ਮੱਖੂ ਨੇ ਬੜੇ ਵਧੀਆ ਚੰਗੇ ਤਰੀਕੇ ਦੇ ਨਾਲ ਸਾਰੀ ਗੱਲ ਖੋਲ੍ਹ ਕੇ ਸਾਹਮਣੇ ਰੱਖਤੀ ਹੈ, ਐਗਜ਼ਾਮਪਲਾਂ ਦਿੱਤੀਆਂ ਵਾ, ਟ੍ਰੇਨ ਹਾਦਸੇ ਦੀ, ਇੱਕ ਜਹਾਜ਼ ਕ੍ਰੈਸ਼ ਦੀ। ਇਹ ਗੱਲ ਬਿਲਕੁਲ 100% ਸੱਚ ਹੈ। ਇਸ ਤਰ੍ਹਾਂ ਕਿਸੇ ਕੌਮ ਨੂੰ, ਕਿਸੇ ਨੂੰ ਵੀ ਟਾਰਗੇਟ ਨਹੀਂ ਕਰਨਾ ਚਾਹੀਦਾ, ਇਹ ਇੱਕ ਬੜੀ ਬੁਰੀ ਗੱਲ ਹੈ। ਕਮੈਂਟ ਕਰਕੇ ਮੈਨੂੰ ਆਪਣੀ ਰਾਏ ਤੋਂ ਲਾਜ਼ਮੀ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ।